ਉਧਰ ਜਰਮਨੀ ਦੀ ਚਾਂਸਲਰ ਐਂਜਲਾ ਮਰਕਲ ਨੇ ਬੁੱਧਵਾਰ ਨੂੰ ਕਿਹਾ ਕਿ ਉਹਨਾਂ ਦਾ ਦੇਸ਼ ਸੁਤੰਤਰ ਰੂਪ ਨਾਲ ਆਪਣੇ ਫੈਸਲੇ ਲੈਂਦਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਰਮਨੀ ਤੇ ਰੂਸ ਦੇ ਇਸ਼ਾਰੇ ਤੇ ਕੰਮ ਕਰਨ ਦਾ ਦੋਸ਼ ਲਗਾਇਆ ਸੀ। ਤਣਾਅ ਵਾਲੇ ਮਾਹੌਲ ਵਿੱਚ ਨਾਟੋ ਦੀ ਬੈਠਕ ਵਿੱਚ ਹਿੱਸਾ ਲੈਣ ਪਹੁੰਚੀ ਮਰਕਲ ਨੇ ਕਿਹਾ ਕਿ ਮੈਂ ਖੁਦ ਸੋਵੀਅਤ ਸੰਘ ਦੇ ਕਬਜ਼ੇ ਵਾਲੀ ਜਰਮਨੀ ਦੇ ਇੱਕ ਹਿੱਸੇ ਵਿੱਚ ਰਹਿ ਚੁੱਕੀ ਹਾਂ। ਮਰਕਲ ਦਾ ਪਾਲਣ ਪੋਸ਼ਣ ਖੱਬੇ ਪੱਖੀ ਪ੍ਰਭਾਵ ਵਾਲੇ ਪੂਰਬੀ ਜਰਮਨੀ ਵਿੱਚ ਹੋਇਆ ਸੀ। ਉਹਨਾਂ ਕਿਹਾ, ਮੈਨੂੰ ਮਾਣ ਹੈ ਕਿ ਅਸੀਂ ਫੈਡਰਲ ਰਿਪਬਲਿਕਨ ਆਫ ਜਰਮਨੀ ਵੱਲ ਅੱਜ ਇਕੱਠੇ ਹੋਏ ਹਾਂ ਅਤੇ ਇਸ ਲਈ ਅਸੀਂ ਆਪਣੀ ਸੁਤੰਤਰ ਨੀਤੀਆਂ ਬਣਾਉਂਦੇ ਹਾਂ ਅਤੇ ਸੁਤੰਤਰ ਫੈਸਲੇ ਲੈਂਦੇ ਹਾਂ। I would just like to say that I experienced in person when a part of Germany was controlled by the Soviet Union. I am very happy that today we are united in freedom and that we can therefore also say that we determine our policies independently and can make independent decisions, and that is good.